ਤਾ ਅੱਜਕੱਲ ਹਰ ਇੱਕ ਨੂੰ ਨਵੇਂ-ਨਵੇਂ ਫੈਸ਼ਨੇਬਲ ਕੱਪੜਿਆਂ ਦਾ ਜੁੱਤੀਆਂ ਦਾ ਜਾਂ ਨਵੀਆਂ ਚੀਜ਼ਾਂ ਦਾ ਕਾਫੀ ਕ੍ਰੇਜ਼ ਆਂਦਾ। ਸਾਲੇ ਦਾ ਦੀ ਪੀਆਰ ਛੱਡ ਕੇ ਪੰਜਾਬ ਦੇ ਵਿੱਚ ਲੋਕਾਂ ਦੀ ਸੇਵਾ ਕਰਦੇ। ਕਿ ਸਾਨੂੰ ਸਰਕਾਰ ਦੀ ਤਰਫੋਂ ਇੱਕ ਛੋਟੀ ਜਿਹੀ ਦੀਵਾਰ ਮਿਲੀ ਹੋਈ ਸੀਗੀ ਜਿੱਥੇ ਕਿ ਲੋਕੀ ਕੱਪੜੇ ਸਿੱਟ ਰੱਖ ਜਾਂਦੇ ਸੀਗੇ ਤੇ ਰੱਖਣ ਦਾ ਮਤਲਬ ਹੈ ਲੋਕੀ ਜਦੋਂ ਉਹਨੂੰ ਯੂਜ਼ ਕਰਦੇ ਸੀ ਕੋਈ ਕੱਟਦਾ ਸੀ ਤਾਂ ਉਹ ਸਿੱਟ ਜਾਂਦੇ ਸੀਗੇ ਲੋਕੀ ਕੱਪੜੇ ਖਲਾਰਾ ਪਾ ਜਾਂਦੇ ਸੀਗੇ ਖਲਾਰਾ ਪਾ ਜਾਂਦੇ ਸੀ ਜੀ ਤੇ ਉਹ ਕੱਪ ਤੋਂ ਬਾਅਦ ਇਹ ਮਾਲ ਖੁੱਲਿਆ ਗਿਆ 13 13 ਮਾਲ ਜਿੱਥੇ ਹਰ ਕੱਪੜਾ ਹਰ ਬਰਤਨ ਹਰ ਜੁੱਤੇ ਹਰ ਕਿਤਾਬ ਤੁਸੀਂ ਦੇਖ ਸਕਦੇ ਹੋ 13 ਰੁਪਏ ਦੀ ਹੈ ਜੀ ਦਿੱਆ ਕੱਪੜਿਆਂ ਨੂੰ ਵੀ ਜਸਟ ਲਾਈਕ ਮਿੱਟੀ-ਮਿੱਟੀ ਚ ਰੋਲਿਆ ਜਾ ਰਿਹਾ ਹੈ ਤਾਂ ਕਰਕੇ ਉਹ ਸਾਨੂੰ ਵੀ ਸੁਣਨ ਚ ਚੰਗਾ ਨਹੀਂ ਲੱਗਦਾ ਸੀ ਕਿਉਂਕਿ ਅਸੀਂ ਤਾਂ ਇੱਕ ਸੇਵਾ ਭਾਅ ਦੇ ਨਾਲ ਇਹ ਕੰਮ ਕਰਨਾ ਹੈਗਾ ਤੇ ਜੇ ਸਾਡੀ ਸੇਵਾ ਹੀ ਸਹੀ ਤਰੀਕੇ ਨਾਲ ਨਹੀਂ ਹੋਊਗੀ ਤੇ ਉਹ ਵੀ ਬੜਾ ਦੁੱਖ ਲੱਗੂਗਾ ਆਪਣੇ ਮਾਨ ਨੂੰ ਲੋੜਵੰਦਾ ਦੀ ਮਦਦ ਕੀਤੀ ਜਾਂਦੀ ਹੈ ਲੋੜਵੰਦਾ ਨੂੰ ਸਮਾਨ ਦਿੱਤਾ ਜਾਂਦਾ ਪਰ ਉਸ ਦਾ ਦਾਮ ਰਹਿੰਦਾ ਸਿਰਫ ਇੱਕੋ ਹੀ ਯਾਨੀ ਕਿ 13 ਰੁਪਏ ਪੜਾਈ ਨੂੰ ਦੇਖਦੇ ਹੋਏ ਉਦੋਂ ਫਿਰ ਕਿਤਾਬਾਂ ਰੱਖਣੀਆਂ ਸ਼ੁਰੂ ਕੀਤੀਆਂ ਮੈਂ ਸੋਚਿਆ ਕਿ ਜੇ ਅਸੀਂ ਕੱਪੜਾ 13-13 ਰੁਪਏ ਦਾ ਦੇ ਸਕਦੇ ਹਾਂ ਹੋਰ ਚੀਜ਼ਾਂ ਦੇ ਸਕਦੇ ਹਾਂ ਵਾਈ ਨਾਟ ਕਿਤਾਬਾਂ ਵੀ ਦੇਈਏ ਤੇ ਐਨਜੀਓ ਨੂੰ ਸਟਾਰਟ ਕੀਤੇ ਵੀ ਕਟੋ-ਕਟ 5-6 ਸਾਲ ਹੋ ਗਏ ਆ ਰਜਿਸਟਰਡ ਐਨਜੀਓ ਹੈ ਤੇ ਉਸ ਦੇ ਵਿੱਚ ਹੀ ਇਹ ਪ੍ਰੋਜੈਕਟ ਆਂਦਾ ਸਾਡਾ 13 ਦਿਨਾਂ ਮੌਲ ਦਾ 13 ਰੁਪਏ ਦੇ ਵਿੱਚ ਕਿਤਾਬ ਹੈ ਜਿਹੜੀ ਕਿ ਮਿਲਦੀ ਹੈ ਤੁਸੀਂ ਜਿਹੜੀ ਕਲਾਸ ਦੀ ਕਿਤਾਬ ਇੱਥੋਂ ਲੈ ਕੇ ਜਾਣੀ ਹੈ ਤੁਸੀਂ ਇੱਥੇ ਆਗੇ ਜਾਣ ਬਿਨ ਕਰਕੇ ਉਹ ਲੈ ਕੇ ਜਾ ਸਕਦੇ ਹੋ ਆਪਣੀ ਸਟੱਡੀ ਨੂੰ ਕੰਟੀਨਿਊ ਕਰ ਸਕਦੇ ਹੋ ਸਸ਼ੀਕਾਲ ਜੀ ਮੈਂ ਪ੍ਰਿਆੰਕਾ ਤੁਸੀਂ ਦੇਖ ਰਹੇ ਹੋ ਜਾਸਟੀ ਵੀ ਜਿਕਰ ਅੱਜਕੱਲ ਦੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਅੱਜਕੱਲ ਹਰੇਕ ਨੂੰ ਨਵੇਂ-ਨਵੇਂ ਫੈਸ਼ਨੇਬਲ ਕੱਪੜਿਆਂ ਦਾ ਜੁੱਤੀਆਂ ਦਾ ਜਾਂ ਨਵੀਆਂ ਚੀਜ਼ਾਂ ਦਾ ਕਾਫੀ ਕ੍ਰੇਜ਼ ਰਹਿੰਦਾ ਹੈ ਤੇ ਹੁੰਦਾ ਅਕਸਰ ਅਜਿਹਾ ਹੈ ਕਿ ਅਸੀਂ ਉਸ ਨੂੰ ਇੱਕ ਦੋ ਵਾਰੀ ਪਾ ਕੇ ਸੁੱਟ ਦਿੰਨੇ ਆ ਉਸ ਨੂੰ ਰੀਯੂਜ਼ ਨਹੀਂ ਕਰਦੇ ਪਰ ਕੀ ਤੁਹਾਨੂੰ ਪਤਾ ਹੈ ਕਿ ਇਹ ਚੀਜ਼ਾਂ ਕਿਸੇ ਲੋੜਵੰਦ ਦੇ ਕੰਮ ਆ ਸਕਦੀਆਂ ਨੇ ਫਿਰ ਤੁਹਾਡਾ ਕੀ ਨਾ ਹੋਏਗਾ ਕਿ ਆਖਿਰਕਾਰ ਅਸੀਂ ਉਸ ਲੋੜਵੰਦ ਨੂੰ ਕਿੱਥੇ ਲੱਭੀਏ ਤੇ ਕਿੱਥੇ ਡੋਨੇਟ ਕਰਨ ਜਾਈਏ ਇਸ ਦੇ ਵਿੱਚ ਸਮਾਂ ਕਾਫੀ ਬਰਬਾਦ ਹੋਏਗਾ ਇਸ ਨੂੰ ਲੈ ਕੇ ਤੁਹਾਨੂੰ ਮੈਂ ਇਕ ਲੇਡੀ ਨੂੰ ਇੰਟਰੋਡਿਊਸ ਕਰਵਾਉਣ ਲੱਗੇ ਆ ਜਿਸ ਦਾ ਨਾਮ ਹੈ ਜੀ 사우ਦੀ ਸਿੰਘ ਸਤਿ ਸ਼ਕਾਲ 사우ਦੀ ਜੀ ਸਤਿ ਸ਼ਕਾਲ ਜੀ ਥੈਂਕ ਯੂ ਤੁਹਾਨੂੰ ਸਭ ਤੋਂ ਪਹਿਲਾਂ ਜਾਣਕਾਰੀ ਦੇ ਦਨੀਆਂ 사우ਦੀ ਜੀ ਬਾਰੇ ਥੋੜੀ ਜੀ ਕਿ 사우ਦੀ ਸਿੰਘ ਉਹ ਲੇਡੀ ਹੈ ਜਿਸ ਨੇ ਸਭ ਤੋਂ ਪਹਿਲਾਂ ਫਗਵਾੜੇ ਦੇ ਵਿੱਚ ਗੁਰਾਇਆਂ ਦੇ ਵਿੱਚ ਇੱਕ ਵਾਲ ਆਫ ਚੈਰਿਟੀ ਦੀ ਸ਼ੁਰੂਆਤ ਕੀਤੀ ਸੀ ਹੁਣ ਤੁਸੀਂ ਪੁੱਛੋਗੇ ਵਾਲ ਆਫ ਚੈਰਿਟੀ ਕੀ ਹੈ ਮੈਂ ਤੁਹਾਨੂੰ ਦੱਸਣੀ ਵਾਲ ਆਫ ਚੈਰਿਟੀ ਉਹ ਵਾਲ ਸੀ ਜਿੱਥੇ ਆ ਕੇ ਲੋਕ ਆਪਣੀਆਂ ਲੋੜਵੰਦਿਆ ਚੀਜ਼ਾਂ ਜਿਹੜੇ ਉਹ ਕਿ ਘਰ ਦੇ ਵਿੱਚ ਉਹ ਯੂਜ਼ ਨਹੀਂ ਸੀ ਕਰਦੇ ਪੁਰਾਣੇ ਕੱਪੜੇ ਹੋਗੇ ਜੁੱਤੇ ਹੋਗੇ ਉਹ ਚੀਜ਼ਾਂ ਉੱਥੇ ਆ ਕੇ ਸੁੱਟ ਜਾਂਦੇ ਸੀ ਪਰ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਯੂਜ਼ ਕਿਉਂ ਨਹੀਂ ਸੀ ਕਰਦਾ ਇਹ ਜਵਾਬ ਦੇਣਗੇ ਸਾウਦੀ ਸਭ ਤੋਂ ਪਹਿਲਾਂ ਤਾਂ ਇਸੇ ਨੂੰ ਲੈ ਕੇ ਗੱਲਬਾਤ ਕਰਦੇ ਆ ਵਾਲ ਆਫ ਚੈਰਿਟੀ ਦੇ ਜਿਹੜਾ ਸਮਾਨ ਡੋਨੇਟ ਕੀਤਾ ਜਾਂਦਾ ਸੀ ਰੱਖਿਆ ਜਾਂਦਾ ਸੀ ਲੋਕ ਉਸ ਨੂੰ ਰੀਯੂਜ਼ ਕਰ ਲਈ ਝਿਜਕਦੇ ਸਨ ਜੀ ਬਿਲਕੁਲ ਹਾਂ ਜੀ ਸਹੀ ਕਿਹਾ ਤੁਸੀਂ ਵਾਲ ਆਫ ਚੈਰਿਟੀ ਜਿਹੜਾ ਸਮਾਨ ਆਂਦਾ ਸੀਗਾ ਉਹ ਐਕਚੁਅਲ ਚ ਵਾਲ ਦਾ ਮਤਲਬ ਹੀ ਹੈ ਇੱਕ ਦੀਵਾਰ ਕਿਉਂਕਿ ਸਾਨੂੰ ਸਰਕਾਰ ਦੀ ਤਰਫੋਂ ਇੱਕ ਛੋਟੀ ਜਿਹੀ ਦੀਵਾਰ ਮਿਲੀ ਹੋਈ ਸੀਗੀ ਜਿੱਥੇ ਕਿ ਲੋਕੀ ਕੱਪੜੇ ਸਿੱਟ ਰੱਖ ਜਾਂਦੇ ਸੀਗੇ ਤੇ ਰੱਖਣ ਦਾ ਮਤਲਬ ਹੈ ਲੋਕੀ ਜਦੋਂ ਉਹਨੂੰ ਯੂਜ਼ ਕਰਦੇ ਸੀ ਕੋਈ ਕੱਟਦਾ ਸੀਗਾ ਤੇ ਉਹ ਸਿੱਟ ਜਾਂਦੇ ਸੀਗੇ ਲੋਕੀ ਕੱਪੜੇ ਖਲਾਰਾ ਪਾ ਜਾਂਦੇ ਸੀਗੇ ਖਲਾਰਾ ਪਾ ਜਾਂਦੇ ਸੀ ਜੀ ਤੇ ਉਹ ਕੱਪੜੇ ਕਿਸੇ ਦੇ ਕੰਮ ਆਣ ਯੋਗ ਨਹੀਂ ਰਹਿੰਦੇ ਸੀਗੇ ਤੇ ਉਸ ਤੋਂ ਬਾਅਦ ਸੋਚਿਆ ਗਿਆ ਕਿ ਕੱਪੜਿਆਂ ਨੂੰ ਕਿੱਦਾਂ ਸਹੀ ਤਰੀਕੇ ਨਾਲ ਉਹਨਾਂ ਦਾ ਯੂਟਿਲਾਈਜ਼ ਕੀਤਾ ਜਾਵੇ ਉਹਨਾਂ ਨੂੰ ਕਈ ਸਹੀ ਤਰੀਕ ਨਾਲ ਸਹੀ ਥਾਂ 'ਚ ਕਿੱਦਾਂ ਪਹੁੰਚਾਇਆ ਜਾਵੇ ਜੀ ਤੇ ਉਸ ਤੋਂ ਬਾਅਦ ਇਹ ਮਾਲ ਖੋਲਿਆ ਗਿਆ 13-13 ਮਾਲ ਜਿੱਥੇ ਹਰ ਕੱਪੜਾ ਹਰ ਬਰਤਨ ਹਰ ਜੁੱਤੇ ਹਰ ਕਿਤਾਬ ਤੁਸੀਂ ਦੇਖ ਸਕਦੇ ਆ 13 ਰੁਪਏ ਦੀ ਹੈ ਜੀ ਸਾਊਦੀ ਜੀ ਜਿਵੇਂ ਕਿ ਅਵਾਲ ਆਫ ਚੈਰਿਟੀ ਦੀ ਤੁਸੀਂ ਸ਼ੁਰੂਆਤ ਕਰਦੀ ਜ਼ਿਆਦਾਤਰ ਲੋਕ ਅਵਾਲ ਆਫ ਚੈਰਿਟੀ ਤੇ ਸਮਾਨ ਲੈ ਆਉਂਦੇ ਸੀ ਰੱਖ ਕੇ ਚਲੇ ਜਾਂਦੇ ਸੀ ਉਹ ਕਹਿੰਦੇ ਸੀ ਕਿ ਅਸੀਂ ਚੈਰਿਟੀ ਚ ਦੇ ਆਇਆ ਪਰ ਉਹਨਾਂ ਨੂੰ ਨਹੀਂ ਪਤਾ ਲੱਗਦਾ ਸੀ ਕਿਸ ਨੇ ਯੂਜ਼ ਕੀਤਾ ਉਹਨਾਂ ਦੇ ਕੰਮ ਦੇ ਕੰਮ ਦੇ ਵਿੱਚ ਸਮਾਨ ਆਇਆ ਕਿ ਨਹੀਂ ਆਇਆ ਤੇ ਉਸ ਦੇ ਕਾਰਨ ਹੈ ਜਿਹੜੇ ਕਿ ਹਾਂਜੀ ਬਿਲਕੁਲ ਲੋਕੀ ਵੀ ਆ ਕੇ ਕਹਿੰਦੇ ਸੀ ਕਿ ਮੈਡਮ ਵਾਲਵ ਚੈਰਿਟੀ ਤੁਹਾਡਾ ਕਪੜਾ ਸਾਰਾ ਬਿਖਰਿਆ ਰਹਿੰਦਾ ਹੈਗਾ ਕਪੜੇ ਮਤਲਬ ਕਿ ਵਧੀਆ-ਵਧੀਆ ਕਪੜਿਆਂ ਦਾ ਵੀ ਮਿਸਯੂਜ਼ ਹੋ ਰਿਹਾ ਹੈ ਮਤਲਬ ਵਧੀਆ ਕਪੜਿਆਂ ਨੂੰ ਵੀ ਜਸਟ ਲਾਈਕ ਮਿੱਟੀ-ਮਿੱਟੀ ਚ ਰੋਲਿਆ ਜਾ ਰਿਹਾ ਹੈ ਤਾਂ ਕਰਕੇ ਉਹ ਸਾਨੂੰ ਵੀ ਸੁਣਨ ਚ ਚੰਗਾ ਨਹੀਂ ਲੱਗਦਾ ਸੀ ਕਿਉਂਕਿ ਅਸੀਂ ਤਾਂ ਇੱਕ ਸੇਵਾ ਭਾਵ ਦੇ ਨਾਲ ਇਹ ਕੰਮ ਕਰਨਾ ਹੈਗਾ ਜੇ ਜੇ ਸਾਡੀ ਸੇਵਾ ਹੀ ਸਹੀ ਤਰੀਕੇ ਨਾਲ ਨਹੀਂ ਹੋਊਗੀ ਤੇ ਉਹ ਵੀ ਬੜਾ ਦੁੱਖ ਲੱਗੂਗਾ ਆਪਣੇ ਮਨ ਨੂੰ ਤੇ ਉਸ ਤੋਂ ਬਾਅਦ ਜਦੋਂ ਇਹ ਮਾਲ ਖੋਲਿਆ ਗਿਆ ਇਹਦੇ ਨਾਲ ਲੋਕਾਂ ਨੂੰ ਸੰਤੁਸ਼ਟੀ ਕਿ ਸਾਡਾ ਜਿਹੜਾ ਕਪੜਾ ਔਰ ਇੱਕ ਸਹੀ ਹੱਥਾਂ 'ਚ ਜਾ ਰਿਹਾ ਹੈਗਾ ਜੀ ਸੋ ਹੁਣ ਮੈਂ ਤੁਹਾਨੂੰ ਦੱਸ ਦਿੰਨੀ ਆ ਕਿ ਮੈਂ ਆਖਿਰਕਾਰ ਖੜੀ ਕਿਥੇ ਆ ਇੱਕ ਮਾਲ ਹੈ ਪ੍ਰੋਪਰ ਤੁਸੀਂ ਦੇਖ ਸਕਦੇ ਹੋ ਇਹ ਉਹ ਸ਼ਾਪਿੰਗ ਮੋਲ ਹੈ ਜਿੱਥੇ ਕਿ ਲੋੜਮੰਦਾ ਦੀ ਮਦਦ ਕੀਤੀ ਜਾਂਦੀ ਹੈ ਲੋੜਮੰਦਾ ਨੂੰ ਸਾਮਾਨ ਦਿੱਤਾ ਜਾਂਦਾ ਪਰ ਉਸ ਦਾ ਦਾਮ ਰਹਿੰਦਾ ਸਿਰਫ ਇੱਕੋ ਹੀ ਯਾਨੀ ਕਿ 13 ਰੁਪਏ ਮੈਂ ਮਾਲ ਦੇ ਵਿੱਚ ਖੜੀ ਆ ਜੋ ਕਿ 13 13 ਮਾਲ ਐ ਇੱਕ ਵਾਰੀ ਆਪਣੇ ਕੈਮਰਾਮੈਨ ਨੂੰ ਕਹੂੰਗੀ ਜ਼ਰੂਰ ਤਸਵੀਰਾਂ ਤੁਹਾਨੂੰ ਇਸ ਮਾਲ ਦੇਆਂ ਦਿਖਾ ਦਿਤੀਆਂ ਜਾਨ ਸੋ ਸੌਦੀ ਜੀ ਗੱਲ ਕਰਾਂਗੇ 13 13 ਮਾਲ ਸ਼ੁਰੂਆਤ ਕਰਨ ਦੀ ਕੀ ਲੋੜ ਪੈ ਗਈ ਤੁਹਾਨੂੰ ਲੋਕਾਂ ਦੀ ਜੁਰਤਾ ਨੂੰ ਦੇਖ ਕੇ ਲੋਕਾਂ ਦੀ ਨੀਡ ਸੀਗੀਆਂ ਕਰੋਨਾ ਟਾਈਮ 'ਚ ਮਾਲ ਸਟਾਰਟ ਕੀਤਾ ਗਿਆ ਸੀਗਾ ਜਦੋਂ ਕਿ ਇਸ ਮਾਲ 'ਚ ਸਭ ਤੋਂ ਪਹਿਲੇ ਜਿਹੜੀਆਂ ਚੀਜ਼ਾਂ ਰੱਖੀਆਂ ਗਈਆਂ ਸੀ ਉਹ ਰਾਸ਼ਨ ਰੱਖਿਆ ਗਿਆ ਸੀਗਾ ਜੀ ਆਟਾ ਦਾਲ ਚਾਵਲ ਚੀਨੀ ਇਦਾਂ ਦੀਆਂ ਚੀਜ਼ਾਂ ਰੱਖੀਆਂ ਗਈਆਂ ਸੀਗੀਆਂ ਤਾਂ ਕਿ ਲੋਕੀ ਰਾਸ਼ਨ ਪਾਣੀ ਤੋਂ ਮਹਤਾਜ ਨਾ ਰਹਿ ਜਾਣ ਵੈਸੇ ਤਾਂ ਆਪਣੇ ਪੰਜਾਬ ਨੇ ਆਪਣੇ ਫਗਵਾੜੇ ਨੇ ਬਹੁਤ ਵਰਕ ਕੀਤਾ ਹੈ ਪਰ ਜਿੰਨਾ ਕ ਅਸੀਂ ਯੋਗਦਾਨ ਪਾ ਸਕਦੇ ਸੀਗੇ ਉਹ ਅਸੀਂ ਪਾਇਆ ਫਿਰ ਜਾਨਵਰਾਂ ਲਈ ਦਾਣਾ ਪਾਣੀ ਰੱਖਿਆ ਗਿਆ ਤਾਂ ਕਿ ਜਾਨਵਰ ਵੀ ਭੁੱਖੇ ਨਾ ਮਰਨ ਕਿਉਂਕਿ ਕਿੰਨਾ ਜ਼ਿਆਦਾ ਮੁਸ਼ਕਿਲ ਘੜੀ ਸੀਗੀ ਉਸ ਟਾਈਮ ਸੋ ਉਸ ਤੋਂ ਬਾਅਦ ਫਿਰ ਇਹ ਕੱਪੜਿਆਂ ਦਾ ਕੰਮ ਸ਼ੁਰੂ ਕਰ ਦਿੱਤਾ ਕੱਪੜਿਆਂ ਤੋਂ ਬਾਅਦ ਲੋਕੀ ਕਹਿਣ ਲੱਗੇ ਕਿ ਵੀ ਸਾਡੇ ਬੱਚਿਆਂ ਦੀ ਪੜ੍ਹਾਈ ਖਰਾਬ ਹੋ ਗਈ ਹੈ ਜੀ ਪੜਾਈ ਨੂੰ ਦੇਖਦੇ ਹੋਏ ਉਦੋਂ ਫਿਰ ਕਿਤਾਬਾਂ ਰੱਖਣੀਆਂ ਸ਼ੁਰੂ ਕੀਤੀਆਂ ਮੈਂ ਸੋਚਿਆ ਕਿ ਜੇ ਅਸੀਂ ਕੱਪੜਾ 13-13 ਰੁਪਏ ਦਾ ਦੇ ਸਕਦੇ ਹਾਂ ਹੋਰ ਚੀਜ਼ਾਂ ਦੇ ਸਕਦੇ ਹਾਂ ਵਾਈ ਨਾਟ ਕਿਤਾਬਾਂ ਵੀ ਦੇਈਏ ਤੇ ਉਸ ਤੋਂ ਬਾਅਦ ਕਿਤਾਬਾਂ ਦਾ ਕੰਮ ਸ਼ੁਰੂ ਕੀਤਾ ਗਿਆ ਕਿਤਾਬਾਂ ਲੋਕਾਂ ਨੂੰ ਕਹਿ-ਕਹਿ ਕੇ ਲੋਕਾਂ ਦੇ ਘਰਾਂ ਜਾ ਜਾ ਕੇ ਜਾਂ ਖਰੀਦ ਕੇ ਇਕੱਠੀਆਂ ਕੀਤੀਆਂ ਗਈਆਂ ਇਕੱਠੀਆਂ ਕਰਨ ਤੋਂ ਬਾਅਦ ਉਹੀ ਕਿਤਾਬਾਂ ਲੋਕਾਂ ਨੂੰ 13-13 ਰੁਪਏ ਦੀਆਂ ਦਿੱਤੀਆਂ ਗਈਆਂ ਜਿਸ ਦੇ ਨਾਲ ਕਿ ਲੋਕਾਂ ਦੀ ਪੜ੍ਹਾਈ ਕੰਟੀਨਿਊ ਚੱਲੀ ਔਰ ਇਹਦਾ ਸਭ ਤੋਂ ਜ਼ਿਆਦਾ ਮੈਨੂੰ ਪ੍ਰੋਫਿਟ ਇਹਦਾ ਬlesings ਮਿਲੀਆਂ ਕਿ ਬੱਚਿਆਂ ਦੀ ਪੜ੍ਹਾਈ ਨਹੀਂ ਰੁਕੀ ਜੀ ਸੋ 13 13 ਸ਼ਬਦ ਬਾਬਾ ਨਾਨਕ ਦਾ ਸ਼ਬਦ ਮੰਨਿਆ ਜਾਂਦਾ ਹੈ ਬਾਬਾ ਨਾਨਕ ਨੇ ਸੰਸਾਰ ਨੂੰ ਇੱਕ ਸ਼ਬਦ ਦਿੱਤਾ ਸੀ ਤੇ ਕੀ ਤੁਸੀਂ ਵੀ ਉਸੇ ਰਸਤੇ ਤੇ ਬਾਬਾ ਨਾਨਕ ਦੇ ਇਸ ਸ਼ਬਦ ਨੂੰ ਲੈ ਕੇ ਸਭ ਚੀਜ਼ਾਂ ਜਿਹੜੀਆਂ ਕਿ ਹਾਂਜੀ ਬਿਲਕੁਲ ਬਾਬਾ ਨਾਨਕ ਜੀ ਦੇ ਫਲਸਫੇ ਨੂੰ ਅੱਗੇ ਵਧਾਉਂਦੇ ਉਹਨਾਂ ਦੇ ਰਸਤੇ ਤੇ ਚੱਲਦੇ ਹੋਏ ਮੈਂ ਵੀ ਐਕਚੁਅਲ 'ਚ ਕਈ ਵਾਰ ਜਦੋਂ ਆਪਣੇ ਆਪ ਨੂੰ ਵੀ ਜ਼ਿਆਦਾ ਨੌਲੇਜ ਨਹੀਂ ਹੁੰਦੀ ਪਤਾ ਨਹੀਂ ਹੁੰਦਾ ਕਈ ਚੀਜ਼ਾਂ ਦਾ ਤੇ ਆਹੀ ਦਿਖਾਣਾ ਚਾਹੁੰਦੇ ਜਿੱਦਾਂ ਹੁਣ ਸਾਨੂੰ ਇਹ ਸਾਰੀਆਂ ਚੀਜ਼ਾਂ ਪਤਾ ਚੱਲ ਗਈਆਂ ਕਿ ਇਹ ਕਿਦਰੋਂ ਦੀ ਐ ਚਲਦਾ ਆ ਰਿਹਾ 13 13 ਦਾ ਨਾਮ ਫਿਰ ਆਪਾਂ ਜਿਹੜੇ ਲੋਕੀ ਆਂਦੇ ਨੇ ਜਿਹੜੇ ਪ੍ਰਵਾਸੀ ਇੱਥੇ ਪੰਜਾਬ 'ਚ ਨੇ ਉਹਨਾਂ ਨੂੰ ਵੀ ਪਤਾ ਚੱਲਣਾ ਚਾਹੀਦਾ ਹੈ ਕਿ ਪੰਜਾਬ 'ਚ ਦੀ ਕੁਆਲਿਟੀਆਂ ਜੀ ਪੰਜਾਬ 'ਚ ਇਹ ਸਮਾਨ 13 13 ਰੁਪਏ ਦਾ ਕਿਉਂ ਹੈ ਕਿਉਂਕਿ ਲੋਕੀ ਮੈਨੂੰ ਪੁੱਛਦੇ ਆ ਆਕੇ ਕਿ ਵੀ ਇਹ 13 13 ਰੁਪਏ ਕਿਉਂ ਬਈ ਤੁਸੀਂ ਇੰਨਾ ਸਸਤਾ ਕਿਉਂ ਦੇ ਰਹੇ ਹੋ ਸਮਾਨ ਫਿਰ ਮੈਂ ਉਹਨਾਂ ਨੂੰ ਸਾਰੀ ਸਟੋਰੀ ਸੁਣਾਣੀ ਆਪਣੇ ਬਾਬਾ ਨਾਨਕ ਜੀ ਦੀ ਤੇ ਫਿਰ ਉਹਨਾਂ ਨੂੰ ਸਮਝ ਆਉਂਦਾ ਜੀ ਤੇ ਸਭ ਤੋਂ ਪਹਿਲਾ ਮਾਲ ਆਫ ਚੈਰਿਟੀ ਤੋਂ ਜਿਹੜੇ ਕੀ ਕੱਪੜੇ ਲਿਆਏ ਜਾਂਦੇ ਨੇ ਉਸ ਤੋਂ ਬਾਅਦ ਤੁਹਾਡੇ EMPLOYE ਰੱਖੇ ਹੋਏ ਨੇ ਪ੍ਰੋਪਰ ਜਿਹੜੇ ਕੀ ਕੱਪੜਿਆਂ ਨੂੰ ਛਾਂਟੀ ਕਰਦੇ ਨੇ ਬਿਲਕੁਲ ਹਾਂਜੀ ਤੁਸੀਂ ਦੇਖ ਰਹੇ ਹੋ ਸਟਾਫ ਰੱਖਿਆ ਹੋਇਆ ਸਟਾਫ ਸਾਰਾ ਪੇਡ ਹੈ ਔਰ ਮਾਲ ਵੀ ਜਿਹੜਾ ਹੈ ਖੋਲਿਆ ਗਿਆ ਹੈ ਵੀ ਪੇਡ ਹੈ ਮਾਲ ਰੈਂਟ ਤੇ ਹੈ ਬਿਜਲੀ ਦੇ ਬਿੱਲ ਆਉਂਦੇ ਨੇ ਸਟਾਫ ਦਾ ਖਰਚਾ ਮਾਲ ਦਾ ਰੈਂਟ ਸਾਰਾ ਕੁਝ ਮਤਲਬ ਮੈਨੇਜ ਕਰਨਾ ਪੈਂਦਾ ਮੈਨੂੰ ਖੁਦ ਨੂੰ ਹੀ ਤੇ बस चल रहे हैं मैं इतना खैर करने वाली कौन है बाबा नानक जी कराने वाले ने बस चली जाती है, कौन -कौन है? आ, तो आपकी ग्रेंजो दी बात कीती जावे दैट इज लाइक एक कोशिश जितो ਤੁਸੀਂ ਸਫਰ ਦੀ ਸ਼ੁਰੂਆਤ ਕੀਤੀ ਸੀ ਹੈਨਾ ਇਸ ਦੇ ਨਾਲ ਹੋਰ ਕੌਣ ਕੌਣ ਜੁੜਿਆ ਹੋਇਆ ਹਾਂ ਇਹਦੇ ਨਾਲ ਮੈਂਬਰ ਜੁੜੇ ਹੋਏ ਨੇ ਜਿਹੜੇ ਮੋਸਟਲੀ ਸਲੀਪਿੰਗ ਮੈਂਬਰਸ ਨੇ ਆਪਣਾ ਥੋੜਾ ਉਹ ਬਜ਼ੁਰਗ ਨੇ ਸੋ ਉਹਨਾਂ ਨੂੰ ਜ਼ਿਆਦਾ ਵਰਕ ਨਹੀਂ ਉਹਨਾਂ ਤੋਂ ਲਿੱਤਾ ਜਾਂਦਾ ਹੈਗਾ ਤੇ ਜਿਹੜੀ ਸਾਰੀ ਸੇਵਾ ਉਹ ਮੇਰੇ ਸੇ ਹੀ ਆਈ ਹੋਈ ਹੈ ਜੀ ਤੇ ਐਨਜੀਓ ਨੂੰ ਸਟਾਰਟ ਕੀਤੇ ਵੀ ਕਟੋ-ਕਟ 5-6 ਸਾਲ ਹੋ ਗਏ ਆ ਰਜਿਸਟਰਡ ਐਨਜੀਓ ਹੈ ਤੇ ਉਸਦੇ ਵਿੱਚ ਹੀ ਇਹ ਪ੍ਰੋਜੈਕਟ ਆਂਦਾ ਸਾਡਾ 13-13 ਮੌਲ ਦਾ ਠੀਕ ਉਹਦੇ ਵਿੱਚ ਹੀ 13 ਵਾਲਵ ਚੈਰਿਟੀ ਆਂਦੀ ਹੈ ਹੋਰ ਵੀ ਕਾਫੀ ਵਰਕ ਕਰਦੇ ਰਹੀਦਾ ਜਿੱਦਾਂ ਕਿਸੇ ਨੂੰ ਅਗਰ 휠 ਚੇਅਰ ਦੀ ਜ਼ਰੂਰਤ ਹੈ ਉਹ ਲੈ ਕੇ ਦੇਈਦਾ ਕਿਸੇ ਨੂੰ ਕੋਈ ਪੜਾਈ ਦੀ ਕਿਤਾਬਾਂ ਨਹੀਂ ਮਿਲ ਰਹੀਆਂ ਅਗਰ ਇੱਧਰੋਂ ਨਹੀਂ ਮਿਲੀਆਂ ਫਿਰ ਉਹਨਾਂ ਨੂੰ ਖਰੀਦ ਕੇ ਦੇਣੀਆਂ ਹੈ ਕਈ ਵਾਰੀ ਉਹ ਵੀ ਮੈਂ ਕਈ ਵਾਰ ਵੀਡੀਓਜ਼ ਆਪਣੀਆਂ ਸ਼ੇਅਰ ਕੀਤੀਆਂ ਹੋਈਆਂ ਜੀ ਸੋ ਗੱਲ ਕਰਾਂਗੇ ਜੀ ਖਾਸ ਗੱਲ ਸਾਊਦੀ ਜੀ ਬਾਰੇ ਇਸ ਮੈਂ ਤੁਹਾਨੂੰ ਦੱਸ ਦਾਂ ਜਿਥੇ ਕਿ ਅੱਜ ਕੱਲ੍ਹ ਦੇ ਪੰਜਾਬੀ ਅੱਜ ਕੱਲ੍ਹ ਦੇ ਨੌਜਵਾਨ ਇਹ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਨਿਊ ਜਨਰੇਸ਼ਨ ਜਿਹੜੀ ਕਿ ਬਾਹਰ ਜਾਣਾ ਚਾਹੁੰਦੀ ਹੈ ਬਾਹਰ ਜਾ ਕੇ ਆਪਣਾ ਭਵਿੱਖ ਸੁਧਾਰਨਾ ਚਾਹੁੰਦੀ ਹੈ ਉਥੇ ਲੇਡੀ ਕੈਨੇਡਾ ਦੀ ਪੀਆਰ ਛੱਡ ਕੇ ਪੰਜਾਬ ਦੇ ਵਿੱਚ ਲੋਕਾਂ ਦੀ ਸੇਵਾ ਕਰ ਰਹੀ ਹੈ ਜੀ ਕੈਨੇਡਾ PR ਤੋਂ ਪੰਜਾਬ ਕਿਸ ਤਰ੍ਹਾਂ ਮਤਲਬ ਲੋਕ ਤਾਂ ਜਾਣਾ ਚਾਹੁੰਦੇ ਨੇ ਪਰ ਸੁਪਨਾ ਉਹਨਾਂ ਦਾ ਹੈ ਕਿ ਉੱਥੇ ਹੀ ਰਹਿਣਾ ਉੱਥੇ ਹੀ ਕੰਮ ਕਰਨਾ ਮਤਲਬ ਕੀ ਤੁਸੀਂ ਤੁਹਾਡੀ ਸੇਵਾ ਤੁਹਾਨੂੰ ਖਿੱਚ ਲਈ ਪੰਜਾਬ ਦੇ ਵਿੱਚ ਵਾਪਸ ਕਹਿ ਸਕਦੇ ਹਾਂ ਕਿਉਂਕਿ ਪੰਜਾਬ ਨਾਲ ਮੈਨੂੰ ਪਿਆਰ ਹੀ ਬਹੁਤ ਜ਼ਿਆਦਾ ਹੈ ਇੱਥੇ ਸੋਸ਼ਲ ਲਾਈਫ ਵੀ ਬਹੁਤ ਵਧੀਆ ਹੈਗੀ ਹੈ ਬੱਚੇ ਤਾਂ ਕੈਨੇਡਾ ਚ ਹੀ ਨੇ ਦੋਨੋਂ ਸਿਟੀਜ਼ਨ ਨੇ ਬੱਚੇ ਤੇ ਬੜਾ ਬਾਬਾ ਜੀ ਦੀ ਮਿਹਰ ਹੈ ਬੜੇ ਸੁਖੀ ਐ ਖੁਸ਼ ਹੈ ਤੇ ਉਸ ਤੋਂ ਬਾਅਦ ਜਦੋਂ ਦਿਲ ਕਰਦਾ ਉਹਨਾਂ ਕੋਲ ਵੀ ਚਲੇ ਜਾਣੇ ਆ ਜਦੋਂ ਉਹਨਾਂ ਦਿਲਕਦਵੋ ਇੰਡੀਆ ਆ ਜਾਂਦੇ ਨੇ ਬਸ ਐਦਾਂ ਹੀ ਚੱਲ ਰਿਹਾ ਹੈ ਬਾਕੀ ਜਿਹੜਾ ਪੰਜਾਬ ਦੀ ਰੀਸ ਹੈ ਉਹ ਤਾਂ ਖੈਰ ਕਿਸੇ ਵੀ ਦੇਸ਼ ਦੀ ਨਹੀਂ ਹੈ ਮੈਨੂੰ ਤਾਂ ਆਪਣਾ ਪੰਜਾਬ ਵਟਣ ਲੱਗਦਾ ਜੀ ਇਸ ਜਗ੍ਹਾ ਤੇ ਇਸ 13 13 ਮਾਲ ਤੇ ਕਪੜਾਂ ਤੋਂ ਇਲਾਵਾ ਹੋਰ ਕੀ ਕੀ ਦੇ ਰਹੇ ਹੋ ਜਿੱਦਾਂ ਕਿਤਾਬਾਂ ਤੁਸੀਂ ਦੇਖ ਸਕਦੇ ਆ ਕਿਤਾਬਾਂ ਹੁਣ ਸੈਸ਼ਨ ਖਤਮ ਹੋ ਗਿਆ ਤਾਂ ਮੇਰੀ ਬੇਨਤੀ ਵੀ ਹੈ ਆਪਣੇ ਪੰਜਾਬ ਨੂੰ ਆਪਣੇ ਫਗਵਾੜੇ ਨੂੰ ਕਿ ਤੁਸੀਂ ਆ ਕੇ ਇੱਥੇ 13 13 ਮਾਲ ਚ ਜਿਹੜੇ ਸੈਸ਼ਨ ਖਤਮ ਹੋ ਗਏ ਨੇ ਆਪਣੀਆਂ ਬੁੱਕਸ ਜਿਹੜੀਆਂ ਉਹ ਸਾਨੂੰ ਡੋਨੇਟ ਕਰਕੇ ਜਾਓ ਕਿਉਂਕਿ ਬੱਚਿਆਂ ਦੀ ਸਾਡੇ ਕੋਲ ਆਣਾ ਬੱਚਿਆਂ ਦਾ ਆਣਾ ਸ਼ੁਰੂ ਹੋ ਗਿਆ ਹੈ ਔਰ ਬੱਚੇ ਆ ਕੇ ਬੁੱਕਸ ਮੰਗਦੇ ਨੇ ਤੇ ਜਿਹੜੇ ਪਾਸ ਆਊਟ ਬੱਚੇ ਨੇ ਉਹ ਕਿਰਪਾ ਕਰਕੇ ਮੇਰ ਬਾਬਾ ਜੀ ਦੀ ਕਰਕੇ ਆ ਕੇ ਸਾਨੂੰ ਬੁੱਕਸ ਡੋਨੇਟ ਕਰਕੇ ਜਾਓ ਆਪਣੀਆਂ ਜੀ ਅੱਜ ਕੱਲ ਦੇ ਸਮੇਂ ਦੇ ਵਿੱਚ ਜਿੱਥੇ ਪੜਾਈ ਬਹੁਤ ਮਹਿੰਗੀ ਹੋ ਚੁੱਕੀ ਹੈ ਲੱਖਾਂ ਲੱਖ ਰੁਪਏ ਖਰਚ ਕੇ ਮਾਪਿਆਂ ਨੂੰ ਪੜਾਈ ਕਰਵਾਉਣੀ ਪੈਂਦੀ ਹੈ ਆਪਣੇ ਬੱਚਾ ਨੂੰ ਉੱਥੇ ਜੇਕਰ ਕਿਤਾਬਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਮਾਲ ਦੇ ਵਿੱਚ ਤੁਹਾਨੂੰ ਸਿਰਫ 13 ਰੁਪਏ ਦੇ ਵਿੱਚ ਕਿਤਾਬ ਹੈ ਜਿਹੜੀ ਕਿ ਮਿਲਦੀ ਹੈ ਤੁਸੀਂ ਜਿਹੜੀ ਕਲਾਸ ਦੀ ਕਿਤਾਬ ਇੱਥੋਂ ਲੈ ਕੇ ਜਾਣੀ ਹੈ ਤੁਸੀਂ ਇੱਥੇ ਆਗੇ ਜਾਣ ਬਿਨ ਕਰਕੇ ਉਹ ਲੈ ਕੇ ਜਾ ਸਕਦੇ ਹੋ ਆਪਣੀ ਸਟੱਡੀ ਨੂੰ ਕੰਟੀਨਿਊ ਕਰ ਸਕਦੇ ਹੋ ਮੈਨੂੰ ਤਾਂ ਇਹ ਲੱਗਦਾ ਕਿ ਇਸ ਮਾਲ ਦੇ ਹੁੰਦੇ ਹੋਏ ਕੋਈ ਵੀ ਜਿਹੜਾ ਕਿ ਬੱਚਾ ਉਹ ਸ਼ਾਇਦ ਅਨਪੜ ਨਹੀਂ ਰਹੇਗਾ ਬਿਲਕੁਲ ਸਹੀ ਗੱਲ ਹੈ ਬਈ ਤਾਂ ਬੱਚਿਆਂ ਦੀ ਵੀ ਮਤਲਬ ਕਿ ਬੱਚੇ ਵੀ ਬੜਾ ਗੁੱਡ ਲੱਕ ਫੀਲ ਕਰਦੇ ਨੇ ਇੱਥੇ ਆ ਕੇ ਬੜੇ ਖੁਸ਼ੀ ਨਾਲ ਬੜੀਆਂ ਮਹਿੰਗੀਆਂ ਮਹਿੰਗੀਆਂ ਕਿਤਾਬਾਂ ਇਵਨ ਬੜੇ ਵੱਡੇ ਵੱਡੇ ਸਬਜੈਕਟਸ ਨੇ ਜਿਹੜੇ ਕਿ ਮੈਨੂੰ ਖੁਦ ਨੂੰ ਨਹੀਂ ਪਤਾ ਹੈਗੇ ਤੇ ਉਹ ਕਿਤਾਬਾਂ ਵੀ ਬੱਚੇ ਇਧਰੋਂ ਆ ਕੇ ਇਹਦਾ ਫਾਇਦਾ ਚੱਕਦੇ ਨੇ ਜੀ ਜੀ ਬਿਲਕੁਲ ਮੈਂ ਇੱਕ ਵਾਰੀ ਫੇਰ ਤੁਹਾਨੂੰ ਦਿਖਾ ਦੰਨੀ ਆ ਕਾਲਜ ਗoing ਸਟੂਡੈਂਟਸ ਲਈ ਸਕੂਲ ਗoing ਸਟੂਡੈਂਟਸ ਲਈ ਇੱਥੇ ਕਿਤਾਬਾਂ ਨੇ ਜਿਹੜੀਆਂ ਕਿ ਪ੍ਰੋਪਰ ਨੇ ਮਕੈਨੀਕਲ ਦੀਆਂ ਕਿਤਾਬਾਂ ਇੱਥੇ ਪ੍ਰੋਪਰ ਨੇ ਕਿਸ ਨੇ ਆਈਬੀਪੀਐਸ ਦੀ ਕਰਨੀ ਹੋਵੇ ਪੀਯੂ ਐਮਟੀ ਦੀ ਮਤਲਬ ਟ੍ਰੇਨਿੰਗ ਕਰਨੀ ਹੋਵੇ ਜਾਂ ਐਗਜ਼ਾਮ ਦੇਨੇ ਹੋਣ ਪ੍ਰੈਕਟਿਸ ਪੇਪਰ ਕਰਨੇ ਹੋਣ ਹਰ ਇੱਕ ਤਰ੍ਹਾਂ ਦੀ ਕਿਤਾਬ ਮੈਥ ਸਾਇੰਸ ਸੋਸ਼ਲ ਹਰ ਇੱਕ ਤਰ੍ਹਾਂ ਦੀ ਕਿਤਾਬ ਹੈ ਇਸ 13-13 ਮਾਲ ਦੇ ਵਿੱਚ ਤੁਹਾਨੂੰ ਮਿਲ ਜਾਏਗੀ ਇਸ ਦੇ ਨਾਲ ਹੀ ਸੰਸਥਾ ਹੋਰ ਕਿਹੜੇ-ਕਿਹੜੇ ਕੰਮ ਕਰਦੀ ਹੈ ਜਿਦਾਂ ਕਿ ਟੌਇਜ਼ ਵੰਡਨੇ ਜਦੋਂ ਟੌਇਜ਼ ਇਕੱਠੇ ਹੋ ਜਾਂਦੇ ਆ ਆਪਾਂ ਟੌਇਜ਼ ਡੋਨੇਟ ਕਰਕੇ ਆਈਦਾ इवन ਮੈਂ ਖੁਦ ਵੀ ਜਦੋਂ ਮੇਰੇ ਬੱਚਿਆਂ ਦਾ ਬਰਥਡੇ ਹੁੰਦਾ ਮੇਰਾ ਆਪਣਾ ਬਰਥਡੇ ਹੁੰਦਾ ਮੈਂ ਹੁਣ ਪਾਰਟੀਆਂ ਵਰਟਿਸ ਨੂੰ ਬਿਲਕੁਲ ਬੰਦ ਕੀਤਾ ਹੈ ਤੇ ਸਿਰਫ ਜੋ ਐਗਿਕ ਸੋਸ਼ਲ ਵਰਕ ਹੀ ਕਰਕੇ ਆਨੇ ਆ ਔਰ ਮੈਂ ਅੱਗੇ ਵੀ ਰਾਏ ਹੀ ਦੇਣਾ ਚਾਹੂੰਗੀ ਲੋਕਾਂ ਨੂੰ ਕਿ ਬਈ ਆਪਣੇ ਕਿਸੇ ਅੱਛੇ ਦਿਨ ਨੂੰ ਜਿਹੜਾ ਉਹ ਨੀਡਸ ਨਾਲ ਅਗਰ ਜਦੋਂ ਮਨ ਦਾ ਮਨਾਂਦਾ ਹੈ ਨਾ ਉਸ ਤੋਂ ਵੱਡੀ ਰੀਸ ਕੋਈ ਨਹੀਂ ਸਾਉਦੀ ਵਾਈ ਨਾਟ ਫ੍ਰੀ ਮਤਲਬ 13 ਰੁਪਏ ਹੀ ਕਿਉਂ ਇਹ ਫ੍ਰੀ ਦੇ ਵਿੱਚ ਵੀ ਤੁਸੀਂ ਦੇ ਸਕਦੇ ਸੀ ਆ 13 ਰੁਪਏ ਇਸ ਕਰਕੇ ਕਿਉਂਕਿ ਕਿਸੇ ਦੀ ਡਿਗਨਿਟੀ ਹਰਟ ਨਾ ਹੋਵੇ ਕਿਸੇ ਨੂੰ ਪਿੰਚ ਨਾ ਹੋਵੇ ਕਿ ਬਈ ਆਪਾਂ ਜਸਟ ਤੇਂ ਗਿਰੀ ਹੋਈ ਚੀਜ਼ ਜਾਂ ਸਿੱਟੀ ਹੋਈ ਹੈ দান ਦਿੱਤੀ ਹੋਈ ਚੀਜ਼ ਚੱਕੀ ਹੈ ਜਸ ਲਾਈਕ ਮੈਂ ਕਿਸੇ ਨੂੰ ਭਿਖਾਰੀ ਨਹੀਂ ਬਣਾਉਣਾ ਚਾਹੁੰਦੀ ਮੈਂ ਚਾਹੁੰਦੀ ਆ ਕਿ ਹਰ ਬੰਦਾ ਇੱਕ ਬੜੀ ਇੱਜ਼ਤ ਮਾਨਨ ਕੋਈ ਚੀਜ਼ ਲੈ ਕੇ ਜਾਏ ਤੁਸੀਂ ਦੇਖ ਸਕਦੇ ਆ ਇੱਥੇ ਅਗਰ ਮਾਲ ਖੋਲਿਆ ਗਿਆ ਤੇ ਮਾਲ ਵਾਲਾ ਤਰੀਕਾ ਵੀ ਅਪਣਾਇਆ ਗਿਆ ਹੈ ਮਾਲ ਵਾਲੀ ਫੀਲਿੰਗ ਪੂਰੀ ਦਿੱਤੀ ਗਈ ਹੈ ਜਿੱਦਾਂ ਕਿ ਹਰ ਕੱਪੜਾ ਹੈਂਗਰ 'ਚ ਚੱਕਣਾ ਫਿਰ ਉਹਨੂੰ ਡਰਕਲ ਲਗਾਣਾ ਸਟਾਫ ਨੇ ਵੀ ਹਰ ਕੱਪੜੇ ਦੀ ਕਮੀਜ਼ ਦੀ ਸਲਵਾਰ ਹੈ लोन ਨਾਲ ਉੱਪਰ ਸਭ ਕੁਝ ਪ੍ਰੋਪਰ ਮੇਨਟੇਨ ਕਰਕੇ ਲਗਾਇਆ ਗਿਆ ਸੋ ਇਸ ਕਰਕੇ ਇੱਕ ਬੜਾ ਅੱਛਾ ਜਿਦਾਂ ਕਿ ਅਸੀਂ ਆਪਣੇ ਲਈ ਚਾਹਨੇ ਆ ਬੈਟਰਮੈਨ ਸੋ ਸੇਮ ਲਾਈਕ ਅਦਰ ਜੀ ਜੀ ਕੀ 사우ਦੀ ਇਸ ਤਰ੍ਹਾਂ ਹੋਇਆ ਕਿ ਤੁਸੀਂ ਵੀ ਕਦੇ ਇਹ ਕਦੀ ਇੱਥੋਂ ਕੋਈ ਕਪੜਾ ਲੈ ਕੇ ਯੂਜ਼ ਕੀਤਾ ਹੋਵੇ ਜੀ ਬਿਲਕੁਲ ਹੁਣੇ ਹੀ ਮੈਨੂੰ ਇੱਕ ਚੁੰਨੀ ਪਸੰਦ ਆਈ ਸੀ ਮੈਂ ਉਹਨੂੰ ਓੜ ਕੇ ਦੇਖਿਆ ਔਰ ਮੈਨੂੰ ਬੜੀ ਖੁਸ਼ੀ ਹੋਈ ਕਿ ਅਗਰ ਸਾਨੂੰ ਵੀ ਕੋਈ ਚੀਜ਼ ਪਸੰਦ ਆਉਂਦੀ ਦੀ ਅਸੀਂ ਇੱਥੋਂ ਲੈ ਸਕਦੇ ਆ ਜੀ ਤੇ ਕਿ ਸੋ ਇਸੇ ਕਰਕੇ ਵਾਲ ਆਫ ਚੈਰਿਟੀ ਨੂੰ ਥੋੜਾ ਘਟ ਕੀਤਾ ਗਿਆ ਕਿਉਂਕਿ ਉੱਥੇ ਕੱਪੜੇ ਲੋਕੀ ਸਿੱਟ ਜਾਂਦੇ ਨੇ ਤੇ ਕੀ ਇਸ ਵਾਲ ਆਫ ਚੈਰਿਟੀ ਤੇ ਕੋਈ ਨਵੇਂ ਕੱਪੜੇ ਵੀ ਆਉਂਦੇ ਨੇ 13 13 ਮਾਲ ਤੇ 13 13 ਮਾਲ ਤੇ ਬਿਲਕੁਲ ਕਈ ਵਾਰ ਬ੍ਰਾਂਡ ਨਿਊ ਕੱਪੜੇ ਆਉਂਦੇ ਨੇ ਹੁਣੇ ਹੀ ਰੀਸੈਂਟ ਅੱਜ ਦੀ ਦਿਨ ਆਪਾਂ ਇੱਕ ਜਿਹੜੀ ਕੁੜੀ ਦਾ ਵਿਆਹ ਸੀਗਾ ਉਹਨੂੰ ਅਸੀਂ ਕਹਿੰਦੇ ਵਰੀ ਕਹਿੰਦੇ ਵਰੀ ਤਿਆਰ ਕਰਕੇ ਦਿੱਤੀ ਆ ਉਹਦੇ ਸੋਹਰੇ ਪਰਿਵਾਰ ਦੇ ਲਈ ਸਾਰੇ ਕੱਪੜੇ ਦਿੱਤੇ ਜਾਂ ਜੈਂਟਸ ਲਈ ਕੱਪੜੇ ਉਹਦੇ ਲਈ ਸਾੜੀਆਂ ਔਰ ਹੋਰ ਵੀ ਬਹੁਤ ਕੁਝ ਦਿੱਤਾ ਗਿਆ ਉਹਨੂੰ ਜੀ ਜੀ 사우ਦੀ ਜਿੱਥੇ ਆਦੀ ਡੇਟ ਦੇ ਵਿੱਚ ਲੇਡੀਜ਼ ਆ ਆਪਣਾ ਪਾਰਲਰ ਖੋਲ੍ਹ ਲਿਆ ਜਾਂ ਚੁੰਦੀਆਂ ਨੇ ਹੈਨਾ ਮਤਲਬ ਆਪਣਾ ਜਿਹੜਾ ਡ੍ਰੀਮ ਹੈ ਉਹ ਪੂਰਾ ਕਰਨਾ ਚਾਹੁੰਦੇ ਤੁਹਾਡਾ ਡ੍ਰੀਮ ਕੀ ਸੀ ਕੀ ਉਹ ਪੂਰਾ ਹੋਇਆ ਹਾਂਜੀ অলਮੋਸਟ ਮੇਰਾ ਡ੍ਰੀਮ ਪੂਰਾ ਹੋ ਚੁੱਕਿਆ ਕਿਉਂਕਿ ਮੈਂ ਹਮੇਸ਼ਾ ਮੇਰਾ ਮੇਰਾ ਤੀਸਰਾ ਮਾਲ ਪਰ ਚੇਂਜ ਕੀਤਾ ਕਿਉਂਕਿ ਇਸ ਤੋਂ ਪਹਿਲਾ ਮਾਲ ਜਿਹੜਾ ਬਿਰਕਾ ਰੋਡ ਤੇ ਸੀਗਾ ਉਸ ਤੋਂ ਬਾਅਦ ਅਰਬਨ ਸਟ੍ਰੀਟ ਤੇ ਸੀਗਾ ਹੁਣ ਇੱਥੇ ਹੈ ਮੇਰਾ ਹਮੇਸ਼ਾ ਤੋਂ ਹਰ ਇੰਟਰਵਿਊ ਚ ਮੈਂ ਕਹਿੰਦੀ ਸੀ ਕਿ ਮੈਂ ਇੱਕ ਐਦਾਂ ਦਾ ਮਾਲ ਬਣਾਉਣਾ ਚਾਹੁੰਦੀ ਆ ਜਿੱਥੇ ਕਿ ਲੋਕੀ ਬੜੇ ਹੀ ਖੁਸ਼ੀ ਨਾਲ ਆਣ ਔਰ ਜਿੱਥੇ ਬੁਕਸ ਅਲੱਗ ਪਈਆਂ ਹੋਣ ਕੱਪੜੇ ਅਲੱਗ ਪਈ ਹੋਣ ਹਰ ਚੀਜ਼ਾਂ ਅਲੱਗ ਲਗਾਉਣਾ ਸੇਮ ਉਦਹੀਂ ਹੋਇਆ ਬਾਬਾ ਨਾਨਕ ਜੀ ਨੇ ਜੋ ਮੈਂ ਕਿਹਾ ਸੀ ਉਹੀ ਕਰ ਦਿੱਤਾ ਜੀ ਮੈਂ ਸ਼ੁਕਰਗੁਜ਼ਾਰ ਹਾਂ ਉਸ ਰੱਬ ਦੀ ਆਲਵੇਸ ਸੋ ਗੱਲਬੱਤ ਕੀਤੀ ਸੀ ਅਸੀਂ ਸਾਊਦੀ ਸਿੰਘ ਨਾਲ ਉਹ ਲੇਡੀ ਜਿਹੜੀ ਕੀ ਕੱਲੇ ਹੀ ਇੱਕ 13 13 ਮਾਲ ਰਨ ਕਰ ਰਹੀ ਆ ਬਾਬਾ ਨਾਨਕ ਦੀ ਕਿਰਪਾ ਜੀ ਦੇ ਨਾਲ ਇਸ 13 13 ਮਾਲ ਦੇ ਵਿੱਚ ਦੱਸ ਸਕਦੀ ਆ ਕਿ ਜੇਕਰ ਤੁਸੀਂ ਇਹਨਾਂ ਨੂੰ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਦਾ ਕੰਟੈਕਟ ਨੰਬਰ ਸਕਰੀਨ ਤੇ ਦੇਖ ਸਕਦੇ ਹੋ ਤੇ ਇਹਨਾਂ ਨੂੰ ਸੰਪਰਕ ਵੀ ਕਰ ਸਕਦੇ ਹੋ ਫਿਲਹਾਲ ਇਸ ਮਾਲ ਦਾ ਕੀ ਕੰਮ ਇੱਕ ਵਾਰੀ ਤੁਹਾਨੂੰ ਦੱਸ ਦਿੰਨੀ ਆ ਕਿ ਜਿਹੜਾ ਘਰ ਦੇ ਵਿੱਚ ਤੁਸੀਂ ਸਮਾਨ ਯੂਜ਼ ਨਹੀਂ ਕਰਦੇ ਚਾਹੇ ਘਰ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਘਰੇਲੂ ਸਮਾਨ ਹੈ ਕੋਈ ਕੱਪੜੇ ਹੈ ਕੋਈ ਜੁੱਤੇ ਹੈ ਕੋਈ ਕਿਤਾਬਾਂ ਇਹ ਘਰ ਦੇ ਸਟੋਰ ਦੇ ਵਿੱਚ ਬੰਦ ਪਿਆ ਕੋਈ ਪੁਰਾਣਾ ਸਮਾਨ ਹੈ ਉਸ ਨੂੰ ਤੁਸੀਂ ਸੌਦੀ ਸਿੰਘ ਨੂੰ ਦੇ ਸਕਦੇ ਹੋ ਔਰ ਜਿਨ੍ਹਾਂ ਨੂੰ ਉਸ ਦੀ ਲੋੜ ਹੈ ਉਹ ਇਸ ਮਾਲ ਦੇ ਵਿੱਚੋਂ ਆ ਕੇ ਉਹ ਕੱਪੜੇ ਜੁੱਤੇ ਕਿਤਾਬਾਂ ਟੌਇਜ਼ ਹੋਰ ਵੀ ਸਮਾਨ ਹੈ ਸਿਰਫ 13 ਰੁਪਏ ਦੇ ਵਿੱਚ ਪਰਚੇਸ ਕਰਕੇ ਘਰੇ ਲੈ ਕੇ ਜਾ ਸਕਦੇ